ਇਹ ਦੂਸਰੀ ਡੈਸਟੀਨੇਸ਼ਨ ਆ ਨਾਨੋਕੇ ਪਿੰਡ ਦੇ ਵਿੱਚ। ਇਹਦਾ ਸਫ਼ਰ ਵੀ ਤੁਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਜੀ ਸ਼ੁਰੂ ਕਰ ਸਕਦੇ ਹੋ ਜੀ। ਇਹ ਵੀ ਪਲੇਸ ਬਹੁਤ ਸੋਹਣਾ ਪਲੇਸ ਬਣਿਆ ਹੋਇਆ ਹੈ ਜੀ, ਪੰਜਾਬੀ ਵਿਰਸੇ ਨੂੰ ਸਾਂਭੀ ਬੈਠੇ ਨੇ ਇਹ ਬੰਦੇ ਵੀ ਜੀ, ਬਹੁਤ ਸੋਹਣਾ ਪਲੇਸ ਹੈ ਵੀ। ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੀਡੀਓ ਚੰਗੀ ਲੱਗੇਗੀ ਤਾਂ ਲਾਈਕ ਜ਼ਰੂਰ ਕਰਿਓ, ਸ਼ੇਅਰ ਕਰਿਓ ਆਪਣੇ ਰਿਲੇਟਿਵਸ ਅਤੇ ਆਪਣੇ ਫਰੈਂਡਸ ਦੇ ਨਾਲ, ਅਤੇ ਵਧੀਆ ਵਧੀਆ ਕਮੈਂਟ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਦੂਸਰੀ ਡੈਸਟੀਨੇਸ਼ਨ ਆ ਨਾਨੋਕੇ ਪਿੰਡ ਦੇ ਵਿੱਚ, ਆਪਾਂ ਇਸ ਜਗ੍ਹਾ ਨੂੰ ਐਕਸਪਲੋਰ ਕਰਦੇ ਹਾਂ ਜੀ, ਘੁੰਮਦੇ ਹਾਂ, ਤੁਸੀਂ ਵੀ ਆਓ ਸਾਡੇ ਨਾਲ, ਇਸ ਜਗ੍ਹਾ ਨੂੰ ਵੀ ਆਪਾਂ ਐਕਸਪਲੋਰ ਕਰਦੇ ਹਾਂ ਜੀ। ਆਓ ਚੱਲੀਏ ਅੰਦਰ ਨੂੰ ਜੀ। ਇਹ ਹੈ ਜੀ ਮੁੱਖ ਦਫ਼ਤਰ ਇਸ ਜਗ੍ਹਾ ਦਾ। ਇਸ ਜਗ੍ਹਾ ਨੂੰ ਘੁੰਮਣ ਦੀ ਟਿਕਟ 50 ਰੁਪਏ ਪ੍ਰਤੀ ਵਿਅਕਤੀ ਹੈ, ਅਤੇ ਜੇਕਰ ਤੁਸੀਂ ਕੋਈ ਚੀਜ਼ ਜਿਵੇਂ ਕਿ ਕੋਲਡ ਡਰਿੰਕ, ਚਿਪਸ ਵਗੈਰਾ ਖਰੀਦਣਾ ਚਾਹੁੰਦੇ ਹਾਂ ਤਾਂ ਉਹ ਵੀ ਇੱਥੇ ਅਵੇਲੇਬਲ ਨੇ, ਤੁਸੀਂ ਖਰੀਦ ਸਕਦੇ ਹੋ। ਇਹ ਵੀ ਜੀ ਇੱਕ ਪਿਕਨਿਕ ਸਪੋਟ ਆ ਬਣਾਇਆ ਹੋਇਆ ਨਾਨੋਕੀ ਪਿੰਡ ਦੇ ਵਿੱਚ, ਅਤੇ ਪ੍ਰੀ ਵੈਡਿੰਗ ਲੋਕੇਸ਼ਨ ਵੀ ਆ ਜੀ, ਪ੍ਰੀ ਵੈਡਿੰਗ ਵੀ ਹੁੰਦੀਆਂ ਨੇ ਜੀ ਉਰੇ। 7000 ਤੋਂ ਲੈ ਕੇ 10000 ਰੁਪਇਆ ਰੇਟ ਆ ਜੀ ਇਹਨਾਂ ਦਾ ਪ੍ਰੀ ਵੈਡਿੰਗ ਦਾ ਜੀ। ਅਤੇ ਜੇ ਲੇਡੀਜ਼ ਆਉਂਦੀਆਂ ਨੇ, ਜਿਵੇਂ ਟਿਕਟ ਤੁਸੀਂ 50 ਰੁਪਏ ਦੀ ਲੈ ਲਈ ਇਹਦੀ ਘੁੰਮਣ ਦੀ, ਤਾਂ ਉਹ ਲੇਡੀਜ਼ ਨੇ ਜੇ ਸਨੈਪ ਖਿਚਾਉਣੀਆਂ ਨੇ ਪੰਜਾਬੀ ਕਲਚਰ ਦੀ ਡਰੈਸ ਪਾ ਕੇ ਜੀ, ਹੈ ਨਾ, ਫੁਲਕਾਰੀ ਜਾਂ ਲਹਿੰਗੇ ਵਗੈਰੇ ਦੇ ਵਿੱਚ, ਉਹ ਇਹ ਫ੍ਰੀ ਦਿੰਦੇ ਨੇ ਜੀ, ਉਹਨਾਂ ਦੀ ਕੋਈ ਕੀਮਤ ਨਹੀਂ ਦਿੰਦੇ ਹੈਗੇ, ਫ੍ਰੀ ਆਫ ਕੋਸਟ ਆ ਜੀ ਉਹ ਲੇਡੀਜ਼ ਵਾਸਤੇ। ਅਤੇ ਇਹ ਸਾਈਡ 'ਤੇ ਸਾਈਕਲ ਵਗੈਰਾ ਖੜ੍ਹੇ ਕੀਤੇ ਹੋਏ ਨੇ, ਜੇ ਸਾਈਕਲ ਵਗੈਰਾ ਨਾਲ ਫੋਟੋਆਂ ਜਾਂ ਸਨੈਪਸ ਜਾਂ ਵੀਡੀਓ ਬਣਾਉਣੀ ਹੋਵੇ ਤੁਸੀਂ ਜੀ। ਇਹ ਲੋਕੇਸ਼ਨ ਵੀ ਬਹੁਤ ਸੋਹਣੀ ਲੋਕੇਸ਼ਨ ਆ ਜੀ, ਇਹ ਵਿਰਸਾ ਫਾਰਮ ਦੇ ਨਾਮ 'ਤੇ ਆ ਜੀ ਇਹ। ਆਪਣੇ ਪਰਿਵਾਰ ਨਾਲ, ਬੱਚਿਆਂ ਨਾਲ, ਦੋਸਤਾਂ ਮਿੱਤਰਾਂ ਨਾਲ ਇਸ ਜਗ੍ਹਾ ਦੇ ਉੱਤੇ ਆਓ ਜੀ, ਵਕੇਸ਼ਨਸ ਦਾ ਆਨੰਦ ਲਓ। ਬਹੁਤ ਸੋਹਣੀ ਜਗ੍ਹਾ ਜੀ, ਇਹ ਪੁਰਾਣਾ ਮੰਜਾ ਬੁਣਦੇ ਹੁੰਦੇ ਸੀਗੇ ਜੀ, ਉਹ ਪਿਆ ਆ ਮੰਜਾ, ਇਹ ਆ ਘੜਾ ਪਿਆ ਪਾਣੀ ਪੀਣ ਵਾਲਾ, ਜਾਣੀ ਤੁਸੀਂ ਇੱਥੇ ਜਿੱਧਰ ਵੀ ਨਿਗਾਹ ਮਾਰੋਗੇ ਤੁਹਾਨੂੰ ਬਹੁਤ ਜ਼ਿਆਦਾ ਘੜੇ ਦਿਖਣਗੇ, ਘੜਿਆਂ ਦਾ ਪਾਣੀ ਉਹ ਮਿਲਦਾ ਇਸ ਜਗ੍ਹਾ ਦੇ ਉੱਤੇ। ਅਤੇ ਆ ਦਰਵਾਜ਼ਾ ਦੇਖੋ, ਪੁਰਾਣੇ ਸਮੇਂ ਦਾ ਦਰਵਾਜ਼ਾ ਆ ਜੀ, ਉਵੇਂ ਹੀ ਉਹ ਲੈਟਰ ਬਾਕਸ ਟੰਗਿਆ ਹੋਇਆ ਆ, ਜਾਣੀ ਪੁਰਾਣੇ ਸੱਭਿਆਚਾਰ ਨੂੰ ਪੇਸ਼ ਕਰਦੇ ਹੋਈਆਂ ਚੀਜ਼ਾਂ ਨੇ ਜੀ ਇਹ। ਪੇਟੀ ਪਈ ਆ, ਟਰੰਕ ਪਿਆ ਆ, ਆ ਬੁਲਟ ਮੋਟਰਸਾਈਕਲ ਖੜ੍ਹਾ ਆ, ਉਹ ਦਾਰੂ ਕੱਢਣ ਵਾਲਾ ਪਿਆ ਜੀ, ਇਹਦੇ ਵਿੱਚ ਦਾਰੂ ਕੱਢਦੇ ਹੁੰਦੇ ਸੀ ਪੁਰਾਣੇ। ਇਹ ਸਾਈ ਬਾਬਾ ਜੀ ਦੀ ਪ੍ਰਤਿਮਾ ਲੱਗੀ ਹੋਈ ਆ ਜੀ, ਬਹੁਤ ਸੋਹਣੀ, ਇਹ ਨਾਲ PCO ਬਣਿਆ ਹੋਇਆ ਆ ਜੀ। ਜਾਣੀ ਜਿਹੜੀ ਇਹ ਸਾਰੀ ਲੋਕੇਸ਼ਨ ਆ ਪੰਜਾਬੀ ਵਿਰਸੇ ਨੂੰ ਹੀ ਪ੍ਰਮੋਟ ਕਰਦੀ ਆ ਜੀ, ਪੁਰਾਣੇ ਪੰਜਾਬ ਨੂੰ ਪ੍ਰਮੋਟ ਕਰਦੇ ਨੇ ਜੀ ਇਹ। ਇਹ ਜਿਹੜੇ ਰੂਮ ਨੇ ਜਿਹੜੇ ਪ੍ਰੀ ਵੈਡਿੰਗ ਕਰਨ ਆਉਂਦੇ ਨੇ ਉਹਨਾਂ ਨੂੰ ਇਹ ਰੂਮ ਦਿੰਦੇ ਨੇ ਜੀ। ਇਹ ਵੀ ਰੂਮ ਸੋਹਣੇ ਬਣੇ ਹੋਏ ਨੇ ਜੀ, ਇਹਨਾਂ ਦੇ ਵਿੱਚ ਨਾ ਜਿਵੇਂ ਮੰਜੇ ਪਏ ਨੇ, ਬਿਸਤਰੇ ਪਏ ਨੇ, ਉਹ ਜਿਵੇਂ ਪੁਰਾਣੇ ਬਣਦੇ ਹੁੰਦੇ ਸੀ ਦਰੀਆਂ ਜਾਂ ਚਾਦਰਾਂ ਤੋਤੇ ਵਾਲੀਆਂ, ਅਤੇ ਉਹੀ ਚਾਦਰਾਂ ਦਰੀਆਂ ਨੇ ਇਹਨਾਂ ਬੰਦਿਆਂ ਕੋਲ ਜੀ। ਇਹਨਾਂ ਬੰਦਿਆਂ ਨੇ ਨਾ ਜਿਹੜਾ ਆਹ ਰੂਮ ਆ, ਇੱਕ ਰੂਮ ਆ, ਇੱਕ ਰੂਮ ਦੇ ਵਿੱਚ ਨਾ ਜਾਣੀ ਸਾਰਾ ਪੰਜਾਬ ਇਕੱਠਾ ਕਰਤਾ ਆ, ਜਿਹੜਾ ਆਪਣੇ ਪੰਜਾਬ ਦੇ ਵਿੱਚ ਪੁਰਾਣਾ ਕਲਚਰ ਸੀਗਾ, ਪੁਰਾਣੇ ਟੈਲੀਫੋਨ ਨੇ, ਡੈੱਕ ਨੇ, TV ਆ, ਰੇਡੀਓ, ਲਾਲਟਨ, ਸਾਰਾ ਕੁਛ ਇੱਕ ਰੂਮ ਦੇ ਵਿੱਚ ਇਕੱਠਾ ਕੀਤਾ ਹੋਇਆ ਆ। ਜਾਣੀ ਜਦੋਂ ਤੁਸੀਂ ਇਸ ਰੂਮ ਦੇ ਵਿੱਚ ਵੜਦੇ ਹੋ ਨਾ, ਤਾਂ ਪੁਰਾਣਾ ਪੰਜਾਬ ਚੇਤੇ ਆਉਂਦਾ ਆ, ਆ ਟਰੰਕ ਪਏ ਨੇ, ਪੇਟੀਆਂ, ਸੰਦੂਕ, ਖੇਤੀਬਾੜੀ ਦੇ ਪੁਰਾਣੇ ਸੰਦ, ਕੈਸਟਾਂ, ਅਪਰ ਭਾਰਤੀ ਕਰੰਸੀ ਆ ਪੁਰਾਣੀ ਆਪਣੀ, ਉਹ ਸਿੱਕੇ ਪਏ ਨੇ ਜਿਵੇਂ 5 ਪੈਸੇ, ਕੌਡੀਆਂ, ਸਾਰਾ ਕੁਛ ਆ। ਆ ਕਈ ਕੰਟਰੀਆਂ ਦੇ ਨੋਟ ਪਏ ਨੇ ਇਸ ਜਗ੍ਹਾ ਦੇ ਉੱਤੇ, ਇਹ ਘੜੀਆਂ ਪਈਆਂ ਨੇ, ਮੈਡਲਸ ਪਏ ਨੇ, ਕੀ ਰਿੰਗਸ ਪਏ ਨੇ ਪੁਰਾਣੇ। ਜਾਣੀ ਜਿਹੜਾ ਆਪਣਾ ਪੁਰਾਣਾ ਸੱਭਿਆਚਾਰ ਸੀਗਾ ਇਹਨਾਂ ਬੰਦਿਆਂ ਨੇ ਇੱਕ ਰੂਮ ਦੇ ਵਿੱਚ ਸਾਂਭਿਆ ਹੋਇਆ ਆ, ਆਪਣੇ ਪਰਿਵਾਰ ਨਾਲ, ਰਿਸ਼ਤੇਦਾਰਾਂ ਨਾਲ, ਮਿੱਤਰਾਂ ਦੋਸਤਾਂ ਨਾਲ ਇਸ ਜਗ੍ਹਾ ਦੇ ਉੱਤੇ ਆਓ ਜੀ, ਆਪਣੀ ਵਕੇਸ਼ਨਸ ਦਾ ਆਨੰਦ ਲਓ ਜੀ। ਬਹੁਤ ਸੋਹਣੀ ਜਗ੍ਹਾ ਆ ਜੀ, ਜਾਣੀ ਇਹ ਪੰਜਾਬੀ ਵਿਰਸੇ ਨੂੰ, ਆਪਣੇ ਪੁਰਾਣੇ ਪੰਜਾਬ ਨੂੰ ਪ੍ਰਮੋਟ ਕਰਦੇ ਨੇ ਬੰਦੇ ਜੀ। ਇਹ ਪੱਖੀਆਂ ਨੇ, ਡਿਸਕਾਂ ਨੇ, ਤਵੇ ਨੇ, ਪੁਰਾਣੇ ਜਿਹੜੇ ਰਿਕਾਰਡ ਸੁਣਦੇ ਹੁੰਦੇ ਸੀਗੇ ਆਪਾਂ ਜੀ, ਉਹ ਨੇ। ਇਹ ਪੁਰਾਣਾ TV ਪਿਆ ਸ਼ਟਰ ਵਾਲਾ, ਮੈਂ ਆਪਣੇ ਬੇਟੇ ਨੂੰ ਵੀ ਦਿਖਾਇਆ ਜੀ, ਵੀ ਇਹ ਸਾਡੇ ਕੋਲ ਹੁੰਦਾ ਸੀ ਆਪਣੇ ਕੋਲ ਪਹਿਲਾਂ ਸ਼ਟਰ ਵਾਲਾ TV, ਇਹਨੂੰ ਜਿੰਦਾ ਲਾਉਂਦੇ ਹੁੰਦੇ ਸੀਗੇ ਘਰ ਦੇ। ਇਹ ਟੋਕਰੀ ਪਈ ਆ, ਇਹ ਤੱਕੜੀ ਵਾਲੇ ਵੱਟੇ ਪਏ ਨੇ ਪੁਰਾਣੇ, ਜਿੰਦੇ ਪਏ ਨੇ, ਤੱਕੜੀ ਪਈ ਆ। ਜਾਣੀ ਦੇਖੋ ਤੁਸੀਂ 50 ਰੁਪਏ ਦੇ ਵਿੱਚ
जे आपां नूं अपना पुराना पंजाब अपना विरसा दिखाया जांदा आ जां आपां उहनूं माणदे आ महसूस करदे आ तां कोई ज़्यादा नहीं हैगे 50 रुपये। ये देखो पुराने छज तवियां मधाणियां कुंडी सोटे आटा पीहण वालियां चक्कियां टिफन ढोलियां सारा पुराना आ पुराना विरसा आ अपना। यह मंजे पए ने और डोली पई आ भांडे रखने वाली पुराने पित्तल दे जग कौलियां गलास सारा पुराना विरसा अपना। सलूट है ना बंदियां नूं जी इन्होंने अपना पुराना विरसा सांभिया होया आ जी क्योंकि ये चीज़ां हुण अलोप हो चुकियां ने। सारे देखो पुराने भांडे पए ने ये खेती दे संद ने चरखा पिया आ स्पीकर लाउड स्पीकर जिहड़ा दो मंजिआं नूं जोड़ के स्पीकर लगदे हुंदे सी स्पीकर पिया संदूक पए ने सारा पुराना सभ्याचार दा समान आ जी अपना पुराने विरसे दा जी अपने पंजाब दा जी। आ गडीरा पिया जवाक जदों तुरना सिखदे हुंदे सीगे आ नलका छोटा आ तंगली खेती दे संद आ ट्रैक्टर जीप खड़ी आ तंग आया वो सामने खड़ा घड़ूका ये भी पंजाब की शान आ घड़ूका जी पिंडा चों चलता शहर चों जुत्ती झाड़ के चढ़ी मुटियारे गड्डी आ शकीन सरदार दी। ये लोकेशन ये नवी तैयार कर रहे हैं जिवें किसी ने फिल्म की शूटिंग वगैरह या सीरीयल की शूटिंग वगैरह करनी हो बना रहे हैं। जे किसी ने बोटिंग वगैरह करनी हो बोटिंग भी होंगी इस जगह के उत्ते जी वो फीस 100 रुपया आ जी। ये सिटिंग एरिया बनाया होया आ जी हरिया भरिया आ यह सारा बच्चों के करने वाली एक्टिविटीज़ बहुत ज़्यादा ने जी उरे बच्चे आते हैं इंजॉय करते हैं जी अपनी वेकेशन का आनंद लेंदे ने जी। इस जगह के उत्ते अंब के कई दरख्त लगे हुए हैं जी जामणा के दरख्त लगे हुए हैं जड़ी अंबिया वगैरह तुम खानिया चाहो जामणा खानिया चाहो तो खा सकते हो जी कोई रोक टोक नहीं हैगी जी। इस जगह के उत्ते भी ना निम के दरख्त प्राणिया किकर देसी टाली के दरख्त बोड़ शहतूत ते बरकत के दरख्त जानी जोड़े वातावरण शुद्ध रखते हैं मैडिसन वाले दरख्त कहा जाता है निम्मा वगैरह बहुत ज़्यादा लगिया हुई ने जी इस जगह के उत्ते भी जिहड़े साडे NRI भरा ने जिन्हां नूं गया नूं पंजाब छड्ड के गया नूं बहुत टाइम हो गया आ वो पुराना पंजाब अपने बच्चों दिखाउणा चाहुंदे ने लाइव दिखाउणा चाहुंदे ने वो इस जगह दे उत्ते आ सकदे ने अपने बच्चों वो पुराना विरसा पुराना अपना इतिहास दिखा सकदे ने जी। ये पुराने घर बने हुए ने कच्चे कोठे बने हुए ने जी ये झूले वगैरह लगे हुए ने अंदर जी इस साइड तो सामने वाशरूम बने हुए ने जी आ चक्कियां पईयां ने जिहड़े कपल्स प्री वैडिंग करन आउंदे ने उहनां नूं इह रूम दित्ते जांदे ने पुराना जिहड़ी पुराने घर बने हुए ने इह अंदर परांदे टंगे हुए ने देखो अपने पुराने विरसे दे चूड़ियां पईयां ने उरे जुत्तियां पईयां ने पंजाबी अपनियां यानी सारा पंजाबी विरसा है अपना जी इह। आ संदूक पिया आ ये सरदार जी वेलकम कर रहे ने जी ये संदूक आ चरखा आ जी वो पंजाबी जुत्तियां ने साइड के उत्ते टंगियां हुई आ चूड़ियां ने ये आ जी पुराने समय का साम के रखा हुआ चौंका चूल्हा ये है जी पट्ठे कुतरन वाली मशीन ते अगे थोन दिखाने एक खूह का मॉडल जो इन्हों द्वारा तैयार किया गया। वैसे ज़्यादा कोई डूंगा तो है नहीं गा जी पर इन्होंने पंजाबी सभ्याचार संभालने लिए एक खूह का निर्माण किया सी आ बच्चों की एक्टिविटीज़ लिए सी। जे तुसी बोटिंग करनी हो अगे जगह बनाई हुई है जिते क्रूज़ खड़ी है तो उत्थे असी अपना टाइम स्पेंड कर सकते हो वो टिकट 50 रुपये है। प्री वैडिंग वाले
वीडियो वगैरह भी बनाते हैं इस जगह के उत्ते जी। बहुत सोहनी लोकेशन है जी, ये अपने परिवार नाल अपने बच्चों नाल जी जरूर आओ इस जगह के उत्ते जी, अपनी वेकेशन का आनंद लो जी। जिवें आपां जम्मू कश्मीर जां होर स्टेटां दे विच जाने आ ना, उत्थे दी ड्रैस पा के फोटोज़ जां वीडियो बनाउने आ, इस जगह दे उत्ते आपां अपने पंजाबी विरसे वालियां ड्रैस पा के फोटो वीडियोज़ वगैरह बना सकते हैं जी। उन्हां दी ये कोई फीस नहीं लैंदे जी, फ्री ऑफ कॉस्ट दिंदे ने जी ये। पुरातन पंजाब नूं अते पंजाबी विरसे नूं सांभी बैठे इस विरसा फार्म नानोकी दी वीडियो तुहानूं किस तरह की लगी कमेंट विच जरूर दस्सिओ। वीडियो नूं लाइक शेयर अते चैनल नूं सबसक्राइब जरूर करिओ जी। वाहिगुरू जी का खालसा, वाहिगुरू जी की फतेह जी।